एक बहुत ਸਾਡੇ ਜਿਹੜੇ ਪਿਆਰ ਜੋਗਾ ਸਾਡੇ ਪੁਰਮਣੀ ਸਾਹਿਬ ਜੀ ਸਿਮਲੇ ਤੋਂ ਬੁਲਾਏ ਮੈਂ ਉਹ ਦਿਲ ਤਾਂ ਕਰਦਾ ਜੀ ਹੁਣ ਬੱਚਿਆਂ ਦੇ ਜਾਣ ਨੂੰ ਮੈਨੂੰ ਲੱਗਦਾ ਜਿਹੜੇ ਗੁਰਦੁਆਰੇ ਚ ਆਪਾਂ ਗਏ ਸੀ ਪਹਿਲੀ ਵਾਰੀ ਗਏ ਹੋ ਤੁਸੀਂ ਹਨਾ ਜੀ ਹਾਂਜੀ ਹਾਂ ਪਹਿਲੀ ਹੁਣ ਇਹਨਾਂ ਨੇ ਅਗਲਾ ਪ੍ਰੋਗਰਾਮ ਵੀ ਬਣਾਇਆ ਹੋਇਆ ਹੈ ਹਾਂਜੀ ਹਾਂਜੀ ਜਿੱਥੇ ਲੈ ਜਾਣਗੇ ਵਾਹਿਗੁਰੂ ਆਪਾਂ ਜਾਣ ਨੂੰ ਤਿਆਰ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਯਾਤਰਾ ਸ਼੍ਰੀ ਧੋਬੜੀ ਸਾਹਿਬ ਤੇ ਆਏ ਹੋਏ ਆ ਤੇ ਅੱਜ ਸਾਡਾ ਜਿਹੜਾ 12ਵਾਂ ਦਿਨ ਹੈ ਅਖੀਰਲਾ ਦਿਨ ਹੈ ਯਾਤਰਾ ਤੇ ਇਸ ਟਾਈਮ ਅਸੀਂ ਬੱਸ ਦੇ ਵਿੱਚ ਹੀ ਖੜੇ ਆ ਕਿਉਂਕਿ ਅੱਜ ਦਾ ਜਿਹੜਾ ਵਲੌਗ ਹੈ ਸਾਰਾ ਬੱਸ ਦੇ ਵਿੱਚ ਹੀ ਹੋਏਗਾ ਤੇ ਅੱਜ ਆਪਾਂ ਸੰਗਤਾਂ ਤੋਂ ਉਹਨਾਂ ਦਾ ਤਜਰਬਾ ਜਾਣਾਂਗੇ ਯਾਤਰਾ ਦਾ ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਵਲੌਗ ਦੇ ਐਂਡ ਦੇ ਵਿੱਚ ਅਸੀਂ ਆਪਣਾ ਵੀ ਤਜਰਬਾ ਸਾਂਝਾ ਕਰਾਂਗੇ ਕਿ ਕੀ ਸਾਨੂੰ ਵਧੀਆ ਲੱਗਿਆ ਤੇ ਕੀ ਨਹੀਂ ਵਧੀਆ ਲੱਗਿਆ ਤੇ ਹਰੇਕ ਜਿਹੜਾ ਹੈਗਾ ਪਰਸਨ ਕੋਲੇ ਆਪਦਾ ਵੱਖਰਾ ਤਜਰਬਾ ਕਿੱਦਾਂ ਉਹਨੇ ਯਾਤਰਾ ਦੇ ਵਿੱਚ ਜਿਹੜਾ ਹੈਗਾ ਉਹਨੂੰ ਕੋਈ ਡਿਫਿਕਲਟੀਜ਼ ਆਈ ਹੈ ਜਾਂ ਪਹਿਲੀ ਵਾਰੀ ਆਇਆ ਜਾਂ ਲਗਾਤਾਰ ਆ ਰਿਹਾ ਹਨਾ ਤਾਂ ਹਰ ਤਰ੍ਹਾਂ ਦੀ ਜਿਹੜੀ ਸੰਗਤ ਹੈਗੀ ਅਲੱਗ-ਅਲੱਗ ਪੰਜਾਬ ਦੇ ਜ਼ਿਲ੍ਹਿਆਂ ਤੋਂ ਤਾਂ ਉਹਨਾਂ ਦੇ ਆਪਾਂ ਸਾਰਿਆਂ ਦੇ ਵਿਊ ਜਾਣਾਂਗੇ ਤੇ ਸਾਰਿਆਂ ਦੇ ਜਿਹੜੇ ਹੈਗਾ ਨੌਲੇਜ ਐਕਸਪੀਰੀਅੰਸ ਜਿਹੜਾ ਹੈਗਾ ਤੁਹਾਡੇ ਦੇ ਨਾਲ ਸ਼ੇਅਰ ਕਰਾਂਗੇ ਤਾਂ ਜੁੜੇ ਰਹੋ ਅੱਜ ਦੇ ਵਲੌਗ ਦੇ ਵਿੱਚ ਸਾਰੇ ਹੁਣ ਅੱਡਾ ਆ ਰਿਹਾ ਜੀ ਅੱਡਾ ਜਿਹੜੇ ਤੁਸੀਂ ਚੜੇ ਸੀ ਉੱਤੋਂ ਹੁਣ ਉਤਰਨ ਲੱਗੇ ਹਾਂ ਉਤਰ ਲੱਗੇ ਤਾਂ ਸਫ਼ਰ ਵਧੀਆ ਰਿਹਾ 12 ਦਿਨਾਂ ਦਾ ਹਾਂ ਬਾਕੋ ਬਾਕ ਰਹੇ ਤੇ ਸਾਰਾ ਕੁਝ ਵਧੀਆ ਰਿਹਾ ਸਭ ਵਧੀਆ ਚਲੋ ਜਕਾਰਾ ਲਾ ਦੋ ਫਿਰ ਇੱਕ ਖੁਸ਼ੀ ਬੋਲੇ ਸੋਨਿਹਾ ਜੀ ਆ ਤੁਸੀਂ ਲਾਓ ਇੱਕ ਤੁਸੀਂ ਲਾਓ ਔਰ ਲੱਗ ਜੂਗਾ ਲਾਓ ਲਾ ਭਾਈ ਦਾ ਜਵਾਬਨੇ ਤੱਕ ਤੱਕ ਦੱਸੋ ਜੀ ਆਪਣਾ ਸਫ਼ਰ ਕਿੱਦਾਂ ਦਾ ਰਿਹਾ ਤੁਹਾਡਾ ਪਹਿਲਾਂ ਤਾਂ ਮੈਂ ਕਹਾਂਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜਿਹੜੀ 12 ਦਿਨ ਦੀ ਯਾਤਰਾ ਬਹੁਤ ਅੱਛੀ ਰਹੀ ਸਾਰੇ ਮਿਲ ਜੁਲ ਕੇ ਭੈਣ ਭਰਾ ਵਾਂਗੂ ਟਾਈਮ ਗੁਜ਼ਾਰਿਆ ਰਹਿਣ ਲਈ ਬਹੁਤ ਵਧੀਆ ਪ੍ਰਬੰਧ ਸੀ ਖਾਣ ਦਾ ਬਹੁਤ ਵਧੀਆ ਪ੍ਰਬੰਧ ਸੀ ਬੱਚੇ ਮੈਨੂੰ ਬਹੁਤ ਅੱਛਾ ਮਿਲੇ ਜਿਹੜੇ ਬੱਚੇ ਕੋਈ ਲੁਧਿਆਣੇ ਦਾ ਸੀ ਕੋਈ ਮੋਹਾਲੀ ਦਾ ਸੀ ਕੋਈ ਕੋਟਕਪੁਰੇ ਦਾ ਕੋਈ ਰਾਏਕੋਟ ਦਾ ਕੋਈ ਪਟਿਆਲੇ ਦਾ ਕੋਈ ਲੁਧਿਆਣੇ ਦੇ ਸੀਗੇ ਹਨਾ ਲੱਗ ਸਾਰੇ ਜਗ੍ਹਾ ਤੋਂ ਯਾਤਰਾ ਇਸ ਤਰ੍ਹਾਂ ਹੀ ਮੈਂ ਅਰਦਾਸ ਕਰਦੀ ਹਾਂ ਕਿ ਆਪਾਂ ਅੱਗੇ ਤੋਂ ਵੀ ਯਾਤਰਾ ਕਰਦੇ ਰਹੀਏ ਔਰ ਮਿਲ ਜੁਲ ਕੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਹੋਰ ਵੀ ਸੰਗਤਾਂ ਤੋਂ ਲੈਣੇ ਆ ਤਜਰਬਾ ਉਹਨਾਂ ਦਾ ਕਿੱਦਾਂ ਰਿਹਾ ਜੀ ਮਾਤਾ ਜੀ ਕਿੱਦਾਂ ਤਜਰਬਾ ਰਿਹਾ ਤੁਹਾਡਾ ਹਾਂਜੀ ਬਹੁਤ ਵਧੀਆ ਜੀ ਪਟਿਆਲੇ ਤੋਂ ਆਏ ਸੀ ਤੁਸੀਂ ਪਟਿਆਲੇ ਤੋਂ ਆਏ ਤਾਂ ਦੱਸੋ ਜੀ ਆਪਣਾ ਸਫ਼ਰ ਕਿੱਦਾਂ ਰਿਹਾ ਤੁਹਾਡਾ ਸਫ਼ਰ ਸਾਰਾ ਬਹੁਤ ਵਧੀਆ ਰਿਹਾ ਕੋਈ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਆਈ ਟਾਈਮ ਸਿਰ ਖਾਣਾ ਟਾਈਮ ਸਿਰ ਚਾਹ ਪਾਣੀ ਸਭ ਕੁਝ ਮਿਲਦਾ ਰਿਹਾ ਫਰੂਟ ਵੀ ਮਠੀਆਂ ਵੀ ਸਭ ਕੁਝ ਮਿਲਦਾ ਰਿਹਾ ਦਰਸ਼ਨ ਵਧੀਆ ਹੋਏ ਦਰਸ਼ਨ ਵਧੀਆ ਹੋਏ ਨੇ ਐਡੀ ਲੰਬੀ ਜਿਹੜੀ ਯਾਤਰਾ ਪਹਿਲੀ ਵਾਰੀ ਕੀਤੀ ਹੈ ਤੁਸੀਂ ਕਿ ਪਹਿਲਾਂ ਵੀ ਕਰਦੇ ਰਹੇ ਹਾਂ ਉਹ ਤਾਂ ਵੈਸੇ ਪਹਿਲਾਂ ਵੀ ਮੈਂ ਕਈ ਵਾਰੀ ਗਈ ਹਾਂ ਪਟਨਾ ਸਾਹਿਬ ਤੱਕ ਗਈ ਹਾਂ ਠੀਕ ਹੈ ਧੋਬੜੀ ਸਾਹਿਬ ਪਹਿਲੀ ਵਾਰ ਗਏ ਬਾਕੀ ਸਾਰੇ ਗੁਰਦੁਆਰੇ ਦਰਸ਼ਨ ਇਹ ਬੀਬੀਆਂ ਹੈਗੀਆਂ ਸਾਰੀਆਂ ਤਾਂ ਇਹ ਪਹਿਲੀ ਪਾਠ ਵੀ ਰੋਜ਼ ਦਾ ਇੱਕ ਦਾ ਇੱਕ ਸੁਖਮਣੀ ਸਾਹਿਬ ਦਾ ਪਾਠ ਵੀ ਇਹਨਾਂ ਨੇ ਸੰਗਤ ਨੂੰ ਨਾਮ ਵੀ ਚਪਾਇਆ ਬਹੁਤ ਵਧੀਆ ਲੱਗਿਆ ਇਹਨਾਂ ਨੂੰ ਸੰਗਤ ਨੇ ਇਹਨਾਂ ਨੂੰ ਨਾਮ ਵੀ ਸੰਗਤ ਨੂੰ ਨਾਮ ਵੀ ਚਪਾਇਆ ਇਹਨਾਂ ਨੇ ਤੇ ਜਿੱਥੇ ਜਿੱਥੇ ਲੋੜ ਪੈਂਦੀ ਸੀ ਉੱਥੇ ਇਹਨਾਂ ਨੇ ਪ੍ਰਸ਼ਾਦਾ ਵੀ ਆਪਣੇ ਹੱਥੀ ਤਿਆਰ ਕੀਤਾ ਚਾਹ ਪਾਣੀ ਵੀ ਛਕਾਇਆ ਹੈਗਾ ਤਾਂ ਇਹਨਾਂ ਦਾ ਸਾਰੇ ਟੂਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈਗਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਇਸ ਯਾਤਰਾ ਦੇ ਵਿੱਚ ਜਿਹੜਾ ਹੈਗਾ ਜ਼ਿਆਦਾਤਰ ਸਾਡੇ ਨਾਲ ਸੀਨੀਅਰ ਸਿਟੀਜ਼ਨ ਵੀ ਸੀਗੇ ਲੁਧਿਆਣੇ ਤੋਂ ਆਏ ਸੀ ਔਰ ਬਾਕੀ ਸਾਰੇ ਪੰਜਾਬ ਤੋਂ ਸੰਗਤ ਇਕੱਠੀ ਹੋਈ ਹੈ ਅਸੀਂ ਰਲ ਮਿਲ ਕੇ ਭੈਣ ਭਰਾਵਾਂ ਵਾਂਗੂ ਯਾਤਰਾ ਕੀਤੀ ਹੈ ਔਰ ਬੜਾ ਆਨੰਦ ਆਇਆ ਪਰ ਮੇਰੀ ਕੁਛ ਆਪਣੀ ਪ੍ਰੋਬਲਮ ਕਰਕੇ ਯਾਤਰਾ 'ਚ ਮੈਂ ਥੋੜ੍ਹੀ ਜਿਹੀ ਵਿਘਨ ਹੋਇਆ ਮੇਰੇ ਲਈ ਬਾਕੀ ਸਭ ਠੀਕ ਸੀਗੇ ਅਤੇ ਵਾਹਿਗੁਰੂ ਦੀ ਮਰਜ਼ੀ ਸੀ ਜਿਹੜਾ ਕਿ ਅਸੀਂ ਜਿੱਦਾ ਵੀ ਆ ਉਹ ਸਾਨੂੰ ਫਲ ਦਿੰਦੇ ਨੇ ਬਾਕੀ ਮਹਾਰਾਜ ਨੇ ਚੜ੍ਹਦੀ ਕਲਾ 'ਚ ਰੱਖਿਆ ਯਾਤਰਾ ਸਫਲ ਕਰਾਈ ਹੈ ਮਹਾਰਾਜ ਦਾ ਬੜਾ ਬੜਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਪੰਜਾਬ ਦੇ ਜਿਹੜੇ ਵੱਖ ਵੱਖ ਜ਼ਿਲ੍ਹਿਆਂ ਤੋਂ ਸੰਗਤ ਸਾਰੀ ਸੀਗੀ ਇਸ ਬੱਸ ਦੇ ਵਿੱਚ ਤਾਂ ਬਾਈ ਜੀ ਨਾਲ ਵੀ ਸਾਡਾ ਸਫ਼ਰ ਬਹੁਤ ਵਧੀਆ ਰਿਹਾ ਇਹਨਾਂ ਦੇ ਨਾਲ ਕਿਉਂਕਿ ਸਾਡੇ ਗੁਆਂਢ ਦੇ ਵਿੱਚ ਸੀਗੇ ਇਹ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਤੋਂ ਆਇਆ ਸ਼ਹੀਦਾਂ ਦੀ ਧਰਤੀ ਤੋਂ ਆਇਆ ਅਤੇ ਇਹਨਾਂ ਦਾ ਵੀ ਆਪਾਂ ਵਿਊ ਜਾਣਦੇ ਹੈਗੇ ਹਾਂ ਬਾਈ ਦੱਸੋ ਜ਼ਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਡੀ ਗੱਲ ਇਹ ਬਜ਼ੁਰਗਾਂ ਦਾ ਅਸ਼ੀਰਵਾਦ ਰਿਹਾ ਜੀ ਬਜ਼ੁਰਗਾਂ ਦੇ ਨਾਲ ਜਾ ਕੇ ਪਹਿਲੀ ਵਾਰੀ ਬੜਾ ਵਧੀਆ ਲੱਗਿਆ ਜੀ
ਉਹ ਗੁਰੂ ਧਾਮ ਜਿਹੜੇ ਮੈਂ ਕਦੇ ਆਪਣੀ ਲਾਈਫ 'ਚ ਦੇਖੇ ਠੀਕ ਹੈ ਜਾਣਨਾ ਮੌਕਾ ਐਡਾ ਲੰਮਾ ਟੂਰ ਬਹੁਤ ਖੁਸ਼ੀ ਮਿਲੀ ਧੋਤੀ ਸਾਹਿਬ ਕਦੇ ਸੁਣਿਆ ਜੀ ਤੁਸੀਂ ਮੰਦਰ ਦੇ ਦੇਖਿਆ ਨੇ ਬੜੀ ਵਧੀਆ ਸਾਰੀ ਬਹੁਤ ਮਾਤਾ ਜੀ ਵੀ ਤੁਹਾਡੇ ਨਾਲ ਆਏ ਨੇ ਮਾਤਾ ਜੀ ਤੁਹਾਡਾ ਸਫ਼ਰ ਕਿੱਦਾਂ ਤਾਂ ਭਵਾਨੀਗੜ੍ਹ ਤੋਂ ਵੀ ਆਪਣੇ ਨਾਲ ਇੱਕ ਅੰਕਲ ਜੀ ਆਏ ਨੇ ਉਹਨਾਂ ਦੇ ਵੀ ਆਪਾਂ ਵਿਊ ਜਾਣਦੇ ਹੈਗੇ ਅੰਕਲ ਜੀ ਕਿੱਦਾਂ ਰਿਹਾ ਤੁਹਾਡਾ 12 ਦਿਨਾਂ ਦਾ ਸਫ਼ਰ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਦਿਨ ਦੀ ਯਾਤਰਾ ਜੀ ਸਾਡੀ ਬਹੁਤ ਵਧੀਆ ਲੱਗੀ ਸਾਰੇ ਸੰਗਤਾਂ ਦਾ ਇੱਕ ਦੂਸਰੇ ਨੂੰ ਸਹਿਯੋਗ ਰਿਹਾ ਪਰਮਾਤਮਾ ਕਰੇ ਸਭ ਨੂੰ ਤੰਦਰੁਸਤੀ ਬਖਸ਼ੇ ਆਪਣੇ ਘਰੇ ਜਾ ਕੇ ਖੁਸ਼ੀ ਖੁਸ਼ੀ ਜਾਣ ਤਾਂ ਅੰਕਲ ਜੀ ਜਿਹੜੇ ਬੈਠੇ ਨੇ ਆਪਣੇ ਸਾਹਮਣੇ ਪੁਲਿਸ ਮਹਿਕਮੇ ਤੋਂ ਰਿਟਾਇਰ ਹੋਏ ਨੇ ਅਤੇ ਇਹਨਾਂ ਨੇ ਜਿਹੜਾ ਸਾਰੀ ਬੱਸ ਦੇ ਵਿੱਚ ਸੰਗਤ ਨੂੰ ਜਦੋਂ ਸੁਬਹਾ ਚੱਲਦੀ ਸੀ ਬੱਸ ਤਾਂ ਇਹਨਾਂ ਨੇ ਨਾਮ ਸਿਮਰਨ ਕਰਾਇਆ ਅਤੇ ਹੋਰ ਵੀ ਕਈ ਤਰੀਕੇ ਨਾਲ ਜਿਹੜੀ ਹੈਗੀ ਸੇਵਾ ਕੀਤੀ ਹੈਗੀ ਆ ਤਾਂ ਆਪਾਂ ਇਹਨਾਂ ਦਾ ਜਾਣਦੇ ਹਾਂ ਸਫ਼ਰ ਕਿੱਦਾਂ ਦਾ ਰਿਹਾ ਜੀ ਤੁਹਾਡਾ ਜੀ ਸਫ਼ਰ ਹਾਂਜੀ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਸ਼ੁਕਰ ਆ ਜੀ ਤੁਸੀਂ ਰਵੇਟ ਰਾਹੀਂ ਯੂਟਿਊਬ ਰਾਹੀਂ ਇਹਨਾਂ ਪਰਿਵਾਰਾਂ ਨੂੰ ਵੀ ਨਾਲ ਦਿਖਾਓਗੇ ਕਿ ਵੀ ਕਿਸ ਤਰ੍ਹਾਂ ਅਸੀਂ ਯਾਤਰਾ ਕੀਤੀ ਹੈ ਯਾਤਰਾ ਦੌਰਾਨ ਜਿੰਨੇ ਵੀ ਸਾਡੇ ਯਾਤਰੀ ਮੈਂਬਰ ਸੀ ਸਾਰੇ ਮਿਲ ਜੁਲ ਕੇ ਇੱਦਾਂ ਲੱਗਦਾ ਸੀ ਕਿ ਵੀ ਇੱਕ ਪਰਿਵਾਰ ਰਾਹੀਂ ਅਸੀਂ ਯਾਤਰਾ ਕਰ ਰਹੇ ਹਾਂ ਅੱਗੇ ਨੂੰ ਵੀ ਜੇ ਮੌਕਾ ਮਿਲਿਆ ਤਾਂ ਸੰਗਤ ਦੇ ਨਾਲ ਮਿਲ ਜੁਲ ਕੇ ਅਸੀਂ ਬਾਕੀ ਰਹਿੰਦੇ ਗੁਰਧਾਮਾਂ ਦੇ ਦਰਸ਼ਨ ਕਰਾਂਗੇ ਤਾਂ ਮਾਤਾ ਜੀ ਨੇ ਸਾਨੂੰ ਪਹਿਲਾਂ ਵੀ ਜਿਹੜਾ ਹੈਗਾ ਯੂਟਿਊਬ 'ਤੇ ਦੇਖਿਆ ਹੋਇਆ ਤਾਂ ਜਦੋਂ ਦੇ ਸਾਨੂੰ ਮਿਲੇ ਨੇ ਸਾਡੀ ਪ੍ਰਸ਼ੰਸਾ ਕਰਦੇ ਨੇ ਤਾਂ ਵਧੀਆ ਵੀ ਲੱਗਦਾ ਹੈਗਾ ਇੱਦਾਂ ਸਾਰਾ ਜਿਹੜਾ ਇਹਨਾਂ ਤੋਂ ਸਫ਼ਰ ਜਾਣਦੇ ਹੈਗੇ ਮਾਤਾ ਜੀ ਕਿੱਥੋਂ ਕੀ ਨਾਮ ਹੈ ਤੁਹਾਡਾ ਕਿੱਥੋਂ ਆਏ ਡੱਲੇ ਪਿੰਡ ਸਹੀ ਰਿਹਾ ਜੀ ਤੁਹਾਡਾ ਸਾਰਾ ਸਫ਼ਰ ਮੌਸਮ ਦੀ ਕੋਈ ਦਿੱਕਤ ਜਾਂ ਕੋਈ ਕਿਸੇ ਪ੍ਰਕਾਰ ਦੀ ਦਿੱਕਤ ਹੋਰ ਬਹੁਤ ਵਧੀਆ ਰਿਹਾ ਜਿਹੜਾ ਬੇਟਾ ਸੀ ਮਤਲਬ ਕਦੇ ਨਾਂ ਵੀ ਨਹੀਂ ਸੁਣਿਆ ਸੀ ਉਸ ਮਤਲਬ ਅਸੀਂ ਪਰਮਾਤਮਾ ਦੇ ਘਰ ਦੋ ਦਿਨ ਰਹਿ ਕੇ ਬਹੁਤ ਵਧੀਆ ਦਰਸ਼ਨ ਕੀਤੇ ਪਟਨਾ ਸਾਹਿਬ ਦੇ ਹਾਂਜੀ ਪਟਨਾ ਸਾਹਿਬ ਵੀ ਚੌਪੜੀ ਮਾਤਾ ਧੋਬੜੀ ਸਾਹਿਬ ਵੀ ਖਾਲਸਾ ਵਾਹਿਗੁਰੂ ਜੀ ਫਤਿਹ ਇਹ ਯਾਤਰਾ ਬਹੁਤ ਵਧੀਆ ਰਹੀ ਸਾਨੂੰ ਅਸੀਂ ਇੱਕ ਪਰਿਵਾਰ ਵਾਂਗੂ ਰਹੇ ਹਾਂ ਸਾਨੂੰ ਬਿਲਕੁਲ ਵੀ ਉਪਰਾ ਨਹੀਂ ਲੱਗਿਆ ਵੀ ਅਸੀਂ ਦੋਵੇਂ ਜਾਣੀਆਂ ਇਕੱਲੀਆਂ ਇੱਥੇ ਸਾਨੂੰ ਸਭ ਦਾ ਬਹੁਤ ਵਧੀਆ ਸਾਥ ਮਿਲਿਆ ਅਤੇ ਧਾਮਾਂ ਦੇ ਦਰਸ਼ਨ ਵੀ ਬਹੁਤ ਵਧੀਆ ਹੋਏ ਨੇ ਅਸੀਂ ਬਹੁਤ ਮਤਲਬ ਆਪਣੇ ਆਪ ਨੂੰ ਖੁਸ਼ ਨਸੀਬ ਸਮਝਿਆ ਕਿ ਸਾਨੂੰ ਸਾਰੀ ਸੰਗਤ ਨਾਲ ਯਾਤਰਾ ਕਰਨੀ ਅਤੇ ਦਰਸ਼ਨ ਕਰਨੇ ਵਧੀਆ ਲੱਗੇ ਤਾਂ ਸਾਡੇ ਨਾਲ ਇੱਕ ਜਿਹੜੇ ਹੈਗੇ ਆ ਰਿਟਾਇਰ ਪ੍ਰੋਫੈਸਰ ਸਾਹਿਬ ਵੀ ਆਏ ਸੀਗੇ ਉਹਨਾਂ ਦਾ ਵੀ ਸਫ਼ਰ ਆਪਾਂ ਜਾਣਾਂਗੇ ਕਿਵੇਂ ਰਿਹਾ ਅਤੇ ਇਹਨਾਂ ਨੇ ਜਿਹੜਾ ਹੈਗਾ ਗੁਰਦੁਆਰਿਆਂ ਦੇ ਵਿੱਚ ਅਲੱਗ ਅਲੱਗ ਸਟੇਟ ਸੈਕਟਰੀ ਦੇ ਤੌਰ 'ਤੇ ਵੀ ਸੇਵਾ ਨਿਭਾਈ ਕਿਉਂਕਿ ਜਿੱਥੇ ਵੀ ਅਸੀਂ ਗੁਰੂ ਘਰਾਂ ਦੇ ਵਿੱਚ ਜਾਂਦੇ ਸੀ ਤਾਂ ਇਹ ਜ਼ਰੂਰੀ ਹੋ ਜਾਂਦਾ ਵੀ ਉੱਥੋਂ ਦੀ ਕਮੇਟੀ ਦਾ ਆਪਾਂ ਧੰਨਵਾਦ ਕਰੀਏ ਤਾਂ ਇਹ ਮੌਕਾ ਸਾਂਭਦੇ ਹੋਏ ਜਿਹੜਾ ਹੈਗਾ ਸੰਗਤ ਦਾ ਧੰਨਵਾਦ ਕਰਦੇ ਸੀਗੇ ਤਾਂ ਆਪਾਂ ਸਾਰੀਆਂ ਗੱਲਾਂ ਬਾਤਾਂ ਇਹਨਾਂ ਤੋਂ ਕਰਦੇ ਹੈਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹਨਾਂ ਨੇ ਇਹ ਧਾਰਮਿਕ ਯਾਤਰਾ ਦੇ ਸੰਬੰਧ ਵਿੱਚ ਮੇਰੇ ਨਾਲ ਗੱਲ ਕੀਤੀ ਹੈ ਜੋ ਕਿ ਇੱਕ ਜ਼ਿੰਦਗੀ ਦਾ ਇੱਕ ਅਹਿਮ ਪੜਾਅ ਹੈ ਜ਼ਿੰਦਗੀ ਦੀ ਇੱਕ ਨਾ ਭੁੱਲਣ ਯੋਗ ਯਾਤਰਾ ਹੈ ਕਿਉਂਕਿ ਇਸ ਯਾਤਰਾ ਦੇ ਵਿੱਚ ਅਸੀਂ ਨੇ ਜਿੱਥੇ ਅਸੀਂ ਉਹਨਾਂ ਆਪਣੇ ਰਹਿਬਰਾਂ ਦੇ ਉਹਨਾਂ ਗੁਰੂਆਂ ਪੀਰਾਂ ਪੈਗੰਬਰਾਂ ਦੇ ਸਥਾਨਾਂ ਦੇ ਸਥਾਨਾਂ ਦੇ ਦਰਸ਼ਨ ਕੀਤੇ ਨੇ ਉੱਥੇ ਇਸ ਯਾਤਰਾ ਦੇ ਵਿੱਚ ਰਹਿ ਕੇ ਉਹ ਗੁਰੂ ਨੂੰ ਆਪ ਵੀ ਅਸੀਂ ਨੇ ਪ੍ਰਤੱਖ ਰੂਪ ਦੇ ਵਿੱਚ ਦੇਖਿਆ ਹੈ ਕਿਉਂਕਿ ਸਾਨੂੰ ਯਾਤਰਾ ਵਿੱਚ ਕਿਸੇ ਕਿਸੇ ਦੀ ਕੋਈ ਦੁੱਖ ਤਕਲੀਫ਼ ਨਹੀਂ ਆਈ ਹੈਗੀ ਅਤੇ ਅਸੀਂ ਜਿਹੜੀ ਯਾਤਰਾ ਬੜੀ ਸੁਖਾਵੇਂ ਢੰਗ ਨਾਲ ਕੀਤੀ ਆ ਸਾਰਿਆਂ ਦਾ ਇੱਕ ਦੂਜੇ ਦਾ ਸਹਿਯੋਗ ਬੜਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਲ ਇੱਕ ਅੰਕਲ ਜੀ ਜਿਹੜੇ ਸੀਗੇ ਉਹ ਏਅਰ ਫੋਰਸ 'ਚੋਂ ਰਿਟਾਇਰ ਵੀ ਹੋਏ ਆ ਅਤੇ ਉਹਨਾਂ ਦਾ ਵੀ ਕਾਫ਼ੀ ਤਜਰਬਾ ਹੈਗਾ ਕਾਫ਼ੀ ਉਹਨਾਂ ਨੇ ਧਾਰਮਿਕ ਸਥਾਨਾਂ 'ਤੇ ਜਿਹੜੀ ਯਾਤਰਾ ਕੀਤੀ ਆ ਉਹਨਾਂ ਤੋਂ ਜਾਣਾਂਗੇ ਕਿਵੇਂ ਉਹਨਾਂ ਦੀ ਰਹੀ ਯਾਤਰਾ ਕਿਰਪਾ ਨਾਲ ਤੇ ਬਹੁਤ ਵਧੀਆ ਲੱਗਿਆ ਯਾਤਰਾ ਕਰਦੇ ਟਾਈਮ ਅੱਗੇ ਵੀ ਹੋਰ ਚਾਂਸ ਮਿਲਣੇ ਅਸੀਂ ਆਸਾ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਨਗੇ ਆਪਣੇ ਨਾਲ ਅੰਕਲ ਜੀ ਹੈਗੇ ਪੁਲਿਸ ਡਿਪਾਰਟਮੈਂਟ 'ਚੋਂ ਰਿਟਾਇਰ ਨੇ ਵੀ ਅਤੇ ਇਹਨਾਂ ਤੋਂ ਵੀ ਆਪਾਂ ਜਾਣਾਂਗੇ ਇਹਨਾਂ ਦਾ ਨਿੱਜੀ ਤਜਰਬਾ ਕਿੱਦਾਂ ਦਾ ਰਿਹਾ ਅੰਕਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਯਾਤਰਾ ਅਸੀਂ ਸੰਗਤ ਦੇ ਨਾਲ 12 ਦਿਨ ਕੀਤੀ ਹੈ ਮੈਨੂੰ ਇਸ ਤਰ੍ਹਾਂ ਲੱਗਿਆ ਹੈ ਕਿ ਜਿੰਨੀ ਸਾਰੀ ਸੰਗਤ ਸੀ
ਵੱਡੇ ਬਹੁਤ ਹੀ ਅਗਮੀ ਰੂਹਾਂ ਸਨ ਜਿਨ੍ਹਾਂ ਦਾ ਸਾਡੇ ਨਾਲ ਮੇਲ ਹੋਇਆ ਹੈ। ਅਸੀਂ ਰਲ ਮਿਲ ਕੇ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸੇਵਾ ਭਾਵਨਾ ਦੇ ਨਾਲ ਇਹ ਯਾਤਰਾ ਕੀਤੀ ਹੈ। ਇਹ ਜਿਹੜੀ ਸਾਰੀ ਯਾਤਰਾ ਹੈ ਮੈਂ ਦੂਜੀ ਵਾਰੀ ਕਰ ਰਿਹਾ, ਇਸਦੇ ਵਿੱਚ ਕੁਝ ਸਥਾਨ ਐਸੇ ਸਨ ਜਿਨ੍ਹਾਂ ਦੀ ਪਹਿਲਾਂ ਮੈਂ ਯਾਤਰਾ ਨਹੀਂ ਸੀ ਕਰ ਸਕਿਆ। ਇਸ ਯਾਤਰਾ ਕਰਕੇ ਮਨ ਨੂੰ ਬੜਾ ਸਕੂਨ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬੜੀ ਦੂਰ ਦੂਰ ਤੋਂ ਆਪਣੇ ਸਿੱਖ ਧਰਮ ਦੇ ਸਾਰੇ ਗੁਰਦੁਆਰਿਆਂ ਚੋਂ ਦਰਸ਼ਨ ਕਰਕੇ ਆਏ ਹਾਂ, ਬੜਾ ਅੱਛਾ ਲੱਗਿਆ। ਸਾਰੇ ਭੈਣ ਭਰਾਵਾਂ ਵਾਂਗੂ ਅਸੀਂ ਇਕੱਠੇ ਰਹੇ ਹਾਂ, ਕੋਈ ਬਿਲਕੁਲ ਓਪਰਾਪਣ ਨਹੀਂ ਲੱਗਿਆ। ਹੋਰ ਬੜੀਆਂ ਯਾਦਾਂ ਅਸੀਂ ਵਾਪਸ ਵੀ ਲੈ ਕੇ ਆਏ ਹਾਂ ਕਿ ਜੋ ਅਸੀਂ ਇੰਜੋਏ ਵੀ ਬੜਾ ਕੀਤਾ ਹੈ ਤੇ ਬੜਾ ਅੱਛਾ ਲੱਗਿਆ ਸਾਨੂੰ। ਤਾਂ ਕੈਬਿਨ ਦੇ ਵਿੱਚ ਆਪਾਂ ਪਹੁੰਚ ਗਏ ਹਾਂ, ਸਾਰਾ ਸਟਾਫ ਇੱਥੇ ਬੈਠਾ ਹੈਗਾ ਤੇ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਤੇ ਇਹਨਾਂ ਦੇ ਸਿਰ ਤੇ ਜਿਹੜੀ ਹੈਗੀ ਆਪਣੀ ਯਾਤਰਾ ਸੰਪੂਰਨ ਹੋਣ ਜਾ ਰਹੀ ਹੈ, ਸਿਰਫ ਥੋੜੇ ਟਾਈਮ ਦੀ ਜਿਹੜੀ ਬਾਕੀ ਰਹਿ ਗਈ ਹੈ। ਤੇ ਆਪਾਂ ਇਕੱਲੇ ਇਕੱਲੇ ਵੀਰ ਦਾ ਜਿਹੜਾ ਹੈਗਾ ਧੰਨਵਾਦ ਕਰਦੇ ਹਾਂ ਇਹਨਾਂ ਤੇ ਸੰਗਤ ਵੱਲੋਂ ਜਿਹੜਾ ਇਸ ਟੂਰ ਤੇ ਤੁਹਾਨੂੰ ਪੂਰਾ ਸਾਥ ਦਿੱਤਾ ਗਿਆ। ਹਾਂਜੀ ਪੂਰਾ ਸਾਥ ਦਿੱਤਾ, ਕੋਈ ਦਿੱਕਤ ਤਾਂ ਨਹੀਂ ਆਈ? ਨਹੀਂ ਨਹੀਂ ਕੋਈ ਦਿੱਕਤ ਨਹੀਂ। ਤੇ ਕੋਈ ਮਾੜਾ ਮੋਟਾ ਹੋ ਵੀ ਜਾਂਦਾ? ਚਲੋ ਐਂ ਤਾਂ ਹੁੰਦਾ ਹੀ ਰਹਿੰਦਾ ਜੀ, ਇੰਨਾ ਕੁ ਤਾਂ ਹੋਣਾ ਵੀ ਚਾਹੀਦਾ ਜੀ, ਉਹਦੇ ਵੀ ਚੱਲਦਾ ਤੇ ਕੋਈ ਇੰਨਾ ਕੁ ਤਾਂ ਚੱਲ ਹੀ ਜਾਂਦਾ। ਹਾਂਜੀ ਹਾਂ ਚੱਲ ਜਾਂਦਾ, ਮਾੜਾ ਮੋਟਾ 10-15 ਮਿੰਟ ਮੇਰੇ ਵਰਗਾ ਲੇਟ ਕਰਾ ਹੀ ਦਿੰਦਾ। ਬਾਕੀ ਸਾਨੂੰ ਵੀ ਪਤਾ ਹੁੰਦਾ ਜੀ, ਰਾਈ ਟਾਈਮ ਤੇ ਤਾਂ ਕੋਈ ਵੀ ਸੰਗਤ ਨਹੀਂ ਪਹੁੰਚਦੀ। ਜੇ 2 ਵਜੇ ਦਾ ਟਾਈਮ ਹੈ ਮੰਨ ਲਓ ਆਪਾਂ 2 ਵਜੇ ਨਹੀਂ ਚੱਲ ਸਕਦੇ। ਪਹਿਲੀ ਜਿਹੜਾ 5-5, 6-6 ਕਿਲੋਮੀਟਰ ਦਾ ਇਹਨਾਂ ਨੇ ਸਫ਼ਰ ਤੈਅ ਕਰਨਾ ਸੀ ਤਾਂ ਉਹ ਡਿਵਾਈਡ ਕਰਕੇ ਚੱਲਦੇ ਸੀ, ਪਹਿਲਾਂ ਮਿੱਥ ਕੇ ਚੱਲਦੇ ਸੀਗੇ। ਤਾਂ ਜ਼ਰੂਰ ਚਾਨਣਾ ਪਾਓ ਸਾਨੂੰ, ਜਿਹੜਾ ਤੁਹਾਨੂੰ ਸੰਗਤ ਵੱਲੋਂ ਸਾਡੇ ਨਾਲ ਜਿਹੜਾ ਕਿੱਦਾਂ ਦਾ ਰਿਸਪੌਂਸ ਰਿਹਾ। ਬਹੁਤ ਵਧੀਆ ਮਿਲਿਆ ਜੀ, ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਬਹੁਤ ਵਧੀਆ ਸਾਡਾ ਯਾਤਰਾ ਰਹੀ ਸੰਗਤ ਨਾਲ। ਇਹ ਤਾਂ ਜੀ ਸਾਡੀ ਮਹੀਨੇ ਬਾਅਦ, 2 ਮਹੀਨਿਆਂ ਬਾਅਦ ਚੱਲਦੀ ਰਹਿੰਦੀ ਆ। ਹਜ਼ੂਰ ਸਾਹਿਬ ਪਟਨਾ ਸਾਹਿਬ ਨੂੰ ਧੋਬੜੀ ਸਾਹਿਬ ਦੀ ਯਾਤਰਾ ਇੱਕ ਪਹਿਲਾਂ 4 ਵਾਰ ਜਾ ਚੁੱਕੇ ਆ, ਇੱਥੇ 5ਵੀਂ ਵਾਰ ਗਈ ਸੀ ਯਾਤਰਾ ਜੀ। ਤਾਂ ਅਸੀਂ ਜਿਹੜਾ ਹੈਗਾ ਹੁਣ ਹੋਰ ਵੀ ਸੰਗਤਾਂ ਦੇ ਵਿਊ ਜਾਣਦੇ, ਕਿਉਂਕਿ ਅਸੀਂ ਜਿਹੜਾ ਯਾਤਰਾ ਦੇ ਅੰਤਿਮ ਪੜਾਅ ਤੇ ਹੈਗੇ ਆ ਤੇ ਸਾਰੇ ਜਿਹੜੇ ਹੈਗੇ ਆਪਦੇ ਘਰੋ ਘਰੀ ਹੋ ਰਹੇ, ਜਿਵੇਂ ਜਿਵੇਂ ਇਹਨਾਂ ਦੇ ਪਿੰਡ ਸ਼ਹਿਰ ਆ ਰਹੇ ਆ। ਤਾਂ ਆਪਾਂ ਅੰਕਲ ਜੀ ਤੋਂ ਵਿਊ ਜਾਣਦੇ ਆ। ਅੰਕਲ ਜੀ ਕਿਵੇਂ ਰਿਹਾ ਤੁਹਾਡਾ ਸਾਰਾ ਸਫ਼ਰ? ਬਹੁਤ ਵਧੀਆ ਰਿਹਾ ਸਾਡਾ, ਜਿੰਨੀ ਵੀ ਯਾਤਰਾ ਸਾਡੀ, ਸਾਰੀ ਸੰਗਤ ਜਿੰਨੀ ਵੀ, ਸਾਰੀ ਸੰਗਤ ਖੁਸ਼ ਰਹਿਣ ਸਹਿਣ ਦੇ, ਰਹਿਣ ਸਹਿਣ ਦਾ ਬਹੁਤ ਵਧੀਆ, ਖਾਣ ਪੀਣ ਦਾ ਆਪਸੀ ਬਹੁਤ ਪਿਆਰ ਰਿਹਾ ਔਰ ਬਹੁਤ ਵਧੀਆ ਯਾਤਰਾ ਕਰਕੇ ਆਏ ਹਾਂ। ਗੁਰੂ ਸਾਹਿਬ ਦੇ ਗੁਰਦੁਆਰੇ ਸਾਹਿਬ ਦੇ ਬਹੁਤ ਵਧੀਆ ਦਰਸ਼ਨ ਕਰਾਏ, ਆਪਣਾ ਜਿਹੜਾ ਸਟਾਫ ਹੈ ਉਹ ਵੀ ਬਹੁਤ ਵਧੀਆ, ਜਿਹੜੇ ਬੱਸ ਦੇ ਸਟਾਫ ਮੈਂਬਰ ਹੈ ਉਹ ਵੀ ਸਾਰੇ ਵਧੀਆ ਔਰ ਆਪਣੀ ਸੰਗਤ ਦਾ ਬਹੁਤ ਮੇਲ ਜੋੜ ਰਿਹਾ, ਬਹੁਤ ਵਧੀਆ ਯਾਤਰਾ ਸਮਾਪਤ। ਮੈਨੂੰ ਲੱਗਦਾ ਜਿਹੜੇ ਗੁਰਦੁਆਰੇ 'ਚ ਆਪਾਂ ਗਏ ਸੀ ਪਹਿਲੀ ਵਾਰੀ ਗਏ ਹੋ ਤੁਸੀਂ, ਹੈ ਨਾ? ਹਾਂਜੀ ਹਾਂ, ਪਹਿਲੀ ਵਾਰ ਧੋਬੜੀ ਸਾਹਿਬ ਪਹਿਲੀ ਵਾਰ ਗਏ ਸੀ। ਤੇ ਹੋਰ ਵੀ ਕਈ ਇਹੋ ਜਿਹੇ ਗੁਰਦੁਆਰੇ ਜਿਹੜੇ, ਉਹਨਾਂ 'ਚ ਵੀ ਪਹਿਲੀ ਵਾਰੀ ਗਏ ਹੋ? ਹਾਂਜੀ ਹਾਂਜੀ, ਉਹਦੇ ਵਿੱਚ ਵੀ ਪਹਿਲੀ ਵਾਰ, ਨਾਨਕ ਮੱਤਾ ਸਾਹਿਬ ਵੀ ਪਹਿਲੀ ਵਾਰ ਗਏ ਹੈ। ਤਾਂ ਜਦੋਂ ਆਪਾਂ ਸੰਗਤ ਦੇ ਨਾਲ ਜਾਂਦੇ ਹਾਂ ਤਾਂ ਆਪਾਂ ਨੂੰ ਮੌਕਾ ਮਿਲਦਾ ਹੈ ਨਾ ਇਹੋ ਜਿਹੇ ਦਰਸ਼ਨ ਇਸ਼ਨਾਨ ਜਿਹੜੇ ਦੂਰ ਦੂਰ ਹੁੰਦੇ ਆ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਯਾਤਰਾ ਬਹੁਤ ਵਧੀਆ ਰਹੀ ਆ ਤੇ ਸਾਡੇ ਸਾਰੇ, ਅਸੀਂ ਜਿੱਦਾਂ ਅਸੀਂ ਘਰ ਰਹਿੰਦੇ ਹਾਂ ਸਾਰਾ ਪਰਿਵਾਰ ਮਿਲ ਜੁਲ ਕੇ, ਐਵੇਂ ਹੀ ਅਸੀਂ ਬੱਸ 'ਚ ਰਹੇ ਹਾਂ। ਬਹੁਤ ਵਧੀਆ ਯਾਤਰਾ ਕੀਤੀ ਆ, ਇੱਕ ਬਹੁਤ ਸਾਡੇ ਜਿਹੜੇ ਪਿਆਰ ਯੋਗ ਆ ਸਾਡੇ ਪੁਰਮਣੀ ਸਾਹਿਬ ਜੀ, ਸ਼ਿਮਲੇ ਤੋਂ ਬੁਲਾਏ ਮੈਂ, ਤੇ ਬੜੇ ਖੁਸ਼ ਹੋ ਕੇ ਅਸੀਂ ਦੋਨੋਂ ਭੈਣਾਂ ਨੇ ਬਹੁਤ ਪਿਆਰ ਨਾਲ ਯਾਤਰਾ ਕੀਤੀ ਤੇ ਸਾਨੂੰ ਬਹੁਤ ਸਕੂਨ ਮਿਲਿਆ, ਬਹੁਤ ਵਧੀਆ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਯਾਤਰਾ ਬਹੁਤ ਵਧੀਆ ਰਹੀ ਤੇ ਯਾਦਗਾਰ ਰਹੇਗੀ, ਕਿਉਂਕਿ ਇਹ ਮੇਰੀ ਪਹਿਲੀ ਯਾਤਰਾ ਸੀ ਸੰਗਤ ਦੇ ਨਾਲ, ਉਹ ਵੀ ਬੱਸ ਦੇ ਵਿੱਚ ਇੰਨੀ ਦੂਰ ਬੱਸ ਦੇ ਵਿੱਚ ਇੰਨਾ ਲੰਬਾ, ਮਤਲਬ ਕਿ ਸਫ਼ਰ ਜੋ ਹੈ ਪਹਿਲੀ ਯਾਤਰਾ ਸੀਗੀ ਤੇ ਉਹਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਥਕਾਵਟ ਵੀ ਬਹੁਤ ਹੋਈ, ਥੱਕੇ ਵੀ, ਲੇਕਿਨ ਜਦੋਂ ਦਰਸ਼ਨ ਕਰਦੇ ਸੀ ਉਦੋਂ ਸਾਰੀ ਥਕਾਵਟ ਲੈ ਜਾਂਦੇ, ਨਵੇਂ ਫਰੈਂਡਸ ਬਣੇ, ਦੇਖ ਸਕਦੇ ਹੋ ਕਿੰਨੀਆਂ ਸਹੇਲੀਆਂ ਹੁਣ ਇਹਨਾਂ ਨੇ ਅਗਲਾ ਪ੍ਰੋਗਰਾਮ ਵੀ ਬਣਾਇਆ ਹੋਇਆ ਕਿ ਹਾਂਜੀ ਹਾਂਜੀ ਜਿੱਥੇ ਲੈ ਜਾਣਗੇ ਵਾਹਿਗੁਰੂ ਆਪਾਂ ਜਾਣ ਨੂੰ ਤਿਆਰ ਆ। ਅਗਲੇ ਵੀ ਜਿਹੜੇ ਹੈਗੇ ਕਈ ਪ੍ਰੋਗਰਾਮਾਂ ਦੀ ਇੰਨੀ ਤਿਆਰੀ, ਅਗਲੇ ਵੀ ਤਿਆਰੀ ਕਰ ਲਈ ਅਸੀਂ ਹੁਣ ਪਰ ਉਹ ਮੌਕੇ ਤੇ ਭਾਈ ਯਾਤਰਾ ਚੱਲੇ ਤਾਂ ਸਕਾਲ ਨੂੰ ਜਾਣ ਨੂੰ ਤਿਆਰ ਆ। ਇਹ ਭੈਣ ਦਾ ਹੌਸਲਾ ਜ਼ਿਆਦਾ ਬੁਲੰਦ ਹੈ। ਠੀਕ ਹੈ ਜੀ, ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਬਹੁਤ ਵਧੀਆ ਯਾਤਰਾ ਹੋਈ ਜੀ, ਸੰਗਤ ਨਾਲ ਬਹੁਤ ਜ਼ਿਆਦਾ ਪ੍ਰੇਮ ਰਿਹਾ ਸਾਡਾ ਆਪਸ ਵਿੱਚ, ਮਿਲ ਚੁਲ ਕੇ ਬਹੁਤ ਵਧੀਆ ਗੁਰਦੁਆਰੇ ਦੇਖੇ ਜੀ।
ਕਿੰਨੇ ਦਿਨ ਲੱਗ ਗਏ ਬਾਬਾ ਜੀ? ਸਾਡੇ 11ਵਾਂ ਦਿਨ ਹੋ ਗਿਆ ਜੀ ਅੱਜ। 12ਵਾਂ ਹੋ ਗਿਆ ਜੀ। 12ਵਾਂ 12ਵਾਂ ਹਾਂ ਉਹ 11ਵਾਂ ਹੀ ਲਾਈ ਜਾਂਦੇ ਆ। 11ਵਾਂ ਤੋਂ ਕੇ ਲਾਏ ਨੇ 12ਵਾਂ ਸਿਰ ਪਕੜੇ ਯਾਰ ਘਰੇ ਜਾਣ ਨੂੰ ਜੀ ਕਰਦਾ? ਉਹ ਦਿਲ ਤਾਂ ਕਰਦਾ ਜੀ ਹੁਣ ਬੱਚਿਆਂ ਦੇ ਵਿੱਚ ਜਾਣ ਨੂੰ। ਯਾਤਰਾ ਵੀ ਸੋਹਣੀ ਹੋਈ ਬਹੁਤ ਵਧੀਆ ਚੱਲੇ ਨਾ ਉਦੋਂ ਧਿਆਨ। ਜਿਵੇਂ ਕਿ ਤੁਸੀਂ ਦੇਖਿਆ ਵਲੌਗ ਦੇ ਵਿੱਚ ਜਿਹੜੀਆਂ ਸੰਗਤਾਂ ਸੀ ਬਹੁਤ ਖੁਸ਼ ਹੈ ਆਪਣੀ ਯਾਤਰਾ ਨੂੰ ਲੈ ਕੇ ਤੇ ਇੰਨੇ ਗੁਰਧਾਮਾਂ ਦੇ ਯਤਨ ਕਰਕੇ ਬਹੁਤ ਆਨੰਦ ਮਾਣਦੀਆਂ ਨੇ ਜਿਹੜੀਆਂ ਸੰਗਤਾਂ ਨੇ, ਕਿਉਂਕਿ ਸੰਗਤ ਦੇ ਵਿੱਚ ਜਿਹੜਾ ਯਾਤਰਾ ਕਰਨ ਦਾ ਇੱਕ ਅਲੱਗ ਹੀ ਆਨੰਦ ਹੁੰਦਾ ਨਾ, ਅਲੱਗ ਹੀ ਸਵਾਦ ਹੁੰਦਾ। ਹੁਣ ਅਸੀਂ ਤੁਹਾਨੂੰ ਆਪਣਾ ਤਜਰਬਾ ਵੀ ਜ਼ਰੂਰ ਦੱਸਦੇ ਹਾਂ ਕਿ ਸਾਡਾ ਕਿਹੋ ਜਿਹਾ ਐਕਸਪੀਰੀਅੰਸ ਰਿਹਾ ਇਸ ਯਾਤਰਾ ਨੂੰ ਲੈ ਕੇ। ਤੇ ਜੇ ਸਾਡੇ ਨਿੱਜੀ ਤਜਰਬੇ ਦੀ ਗੱਲ ਕਰੀਏ ਤਾਂ ਜਿਹੜੀਆਂ ਸਾਡੇ ਤੋਂ ਇੱਕ ਜਿਹੜੀ ਮਿਸਟੇਕ ਹੋ ਗਈ ਹੈ, ਜਿਹੜੀ ਮੇਜਰ ਮਿਸਟੇਕ ਇਹ ਸੀ ਵੀ ਅਸੀਂ ਜਿਹੜੀ ਬੱਸ ਹੈਗੀ ਉਹ ਪਹਿਲਾਂ ਦੇਖੀ ਨਹੀਂ ਹੈਗੀ, ਕਿਉਂਕਿ ਬੱਸ ਦੇ ਵਿੱਚ ਜਿਹੜਾ ਹਾਈਲਾਈਟ ਕੀਤਾ ਗਿਆ ਸੀ ਵੀ ਸੀਟਾਂ ਜਿਹੜੀਆਂ ਹੈਗੀਆਂ ਪੁਸ਼ਬੈਕ ਹੈ ਤੇ ਕੰਫਰਟੇਬਲ ਸੀਟਾਂ ਹੈਗੀਆਂ, ਐਡਜਸਟੇਬਲ ਸੀਟਾਂ ਹੈਗੀਆਂ, ਪਰ ਕੰਫਰਟ ਜਿਹੜਾ ਇਹਨਾਂ ਦਾ ਥੋੜਾ ਜਿਹਾ ਘੱਟ ਹੈ ਕਿਉਂਕਿ ਇੰਨਾ ਲੰਬਾ ਸਫ਼ਰ ਹੈ ਤੇ ਸੰਗਤ ਜਿਹੜੀ ਹੈ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋਈ ਸੀਟਸ ਨੂੰ ਲੈ ਕੇ। ਬਾਕੀ ਜਿਹੜੀ ਆਲਮੋਸਟ ਇਹਨਾਂ ਦਾ ਅਰੇਂਜ ਵਧੀਆ ਸੀ ਬਟ ਸੀਟਾਂ ਦਾ ਥੋੜਾ ਜਿਹਾ ਜਿਹੜਾ ਕੰਫਰਟ ਘੱਟ ਸੀਗਾ, ਇਸ ਕਰਕੇ ਸੰਗਤਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤਾਂ ਸਾਡੀ ਤੁਹਾਨੂੰ ਇਹੀ ਸੁਜੈਸ਼ਨ ਹੈ, ਸਲਾਹ ਹੈ, ਰਾਏ ਹੈ, ਮਸ਼ਵਰਾ ਹੈ ਕਿ ਜੇਕਰ ਤੁਸੀਂ ਜਿਹੜਾ ਹੈਗਾ ਇੱਦਾਂ ਦੇ ਲੌਂਗ ਟ੍ਰਿਪ ਮਤਲਬ ਕਿ ਲੌਂਗ ਯਾਤਰਾ ਦੇ ਲਈ ਜਾ ਰਹੇ ਹੋ ਹਨਾ, ਮਤਲਬ 10-12 ਦਿਨਾਂ ਲਈ, ਤਾਂ ਜਿਹੜੀਆਂ ਹੈਗੀਆਂ ਸੀਟਾਂ ਜ਼ਰੂਰ ਚੈੱਕ ਕਰ ਲਈਆਂ ਜਾਣ, ਕਿਉਂਕਿ ਰਾਤ ਵਿੱਚ ਜਿਹੜਾ ਹੈਗਾ ਦਿੱਕਤ ਘੱਟ ਆਉਂਦੀ ਹੈਗੀ ਹੈ। ਜਦੋਂ ਵੀ ਤੁਸੀਂ ਕਿਤੇ ਜਾਓ ਯਾਤਰਾ ਤੇ ਤਾਂ ਪਹਿਲਾਂ ਹੀ ਟਾਈਮ ਟੇਬਲ ਔਰ ਸੀਟਸ ਜ਼ਰੂਰ ਦੇਖ ਲਓ, ਉਸ ਜਿਹੜੀ ਵੀ ਯਾਤਰਾ ਹੈ, ਟੂਰ ਹੈ, ਕੁਛ ਵੀ ਕਹਿ ਸਕਦੇ ਹਾਂ, ਜਿਵੇਂ ਆਪਾਂ ਕਿਸੇ ਤੁਸੀਂ ਟਰੈਵਲਿੰਗ ਕਰਨੀ ਹੈ ਜੇ ਤਾਂ ਟਰੈਵਲ ਕਰਨ ਵੇਲੇ ਉਹਨਾਂ ਦੀਆਂ ਸੀਟਸ ਪਹਿਲਾਂ ਦੇਖ ਲਈਆਂ ਜਾਣ ਤਾਂ ਜ਼ਿਆਦਾ ਕੰਫਰਟੇਬਲ ਰਹਿੰਦਾ ਵਾ, ਕਿਉਂਕਿ ਇਹ ਜ਼ਰੂਰੀ ਹੋ ਜਾਂਦਾ ਹਨਾ। ਹੋਰ ਕੋਈ ਇਹਦੇ ਚ ਦਿੱਕਤ ਨਹੀਂ ਹੈਗੀ ਲਗੇਜ ਵਗੈਰਾ ਦੀ ਜਾਂ ਕੋਈ ਹੋਰ, ਬਸ ਮੇਨ ਜਿਹੜੀ ਹੈਗੀ ਸੀਟਾਂ ਦੀ ਹੈਗੀ ਹੈ। ਪਰ ਇਹ ਹੈ ਕਿ ਚਲੋ ਗੁਰਧਾਮਾਂ ਦੀ ਯਾਤਰਾ ਸੀ ਤਾਂ ਸਾਨੂੰ ਦਰਸ਼ਨ ਕਰਕੇ ਬਹੁਤ ਵਧੀਆ ਲੱਗਿਆ, ਸੀਟਾਂ ਦਾ ਜਿਹੜਾ ਕੰਫਰਟ ਸੀ ਸਾਨੂੰ ਫਿਰ ਨਹੀਂ ਮਹਿਸੂਸ ਹੋਇਆ, ਵੱਡਾ ਨਹੀਂ ਸੀ ਸਾਡੇ ਲਈ ਕਿਉਂਕਿ ਸਾਨੂੰ ਦਰਸ਼ਨ ਕਰਕੇ ਬਹੁਤ ਆਨੰਦ ਆਇਆ। ਪਰ ਜਿਵੇਂ ਆਪਾਂ ਕੋਸਟ ਪੇ ਕਰਦੇ ਹਾਂ ਨਾ ਤਾਂ ਆਪਣਾ ਇਹ ਰਾਈਟ ਵੀ ਬਣ ਜਾਂਦਾ ਕਿ ਆਪਾਂ ਨੂੰ ਜਿਹੜਾ ਹੈਗਾ ਵਧੀਆ ਕੁਆਲਿਟੀ ਮਿਲੇ ਹਨਾ, ਉਹਦੇ ਨਾਲ ਜਿਹੜਾ ਆਪਾਂ ਕੁਆਲਿਟੀ ਸਲੀਪ ਵੀ ਲੈ ਸਕਦੇ ਹਾਂ ਨਾ। ਜਿਹੜਾ ਇਹਨਾਂ ਦਾ ਕਿਰਾਇਆ ਸੀਗਾ 5700 ਰੁਪਏ ਸੀ, ਇਹ ਵੀ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਇੱਕ ਵਲੌਗ ਚ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਿਆ ਫਿਰ ਅਸੀਂ ਤੁਹਾਨੂੰ ਫਿਰ ਦੱਸਣਾ ਚਾਹੁੰਦੇ ਹਾਂ 5700 ਜਿਹੜਾ ਹੈਗਾ ਇਹਨਾਂ ਨੇ ਆਪਣੇ ਤੋਂ ਚਾਰਜਸ ਲਏ ਸੀਗੇ ਪਰ ਪਰਸਨ, ਤੇ ਲੁਧਿਆਣਾ ਤੋਂ ਆਪਾਂ ਚੱਲੇ ਸੀਗੇ ਤੇ ਇਹਨਾਂ ਨੇ ਜਿਹੜੀ ਹੈਗੀਆਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚੋਂ ਸਵਾਰੀਆਂ ਲਈਆਂ ਸੀਗੀਆਂ, ਫਤਿਹਗੜ੍ਹ ਸਾਹਿਬ ਤੋਂ, ਬਰਨਾਲੇ ਤੋਂ ਤੇ ਸਰਹੰਦ ਤੋਂ, ਖੰਨੇ ਤੋਂ, ਅੰਬਾਲੇ ਤੋਂ, ਹਨਾ। ਤਾਂ ਜਿੱਥੋਂ ਜਿੱਥੋਂ ਦੀ ਜਿਹੜੀ ਸੰਗਤ ਇਸ ਰੂਟ ਦੀ ਸੀਗੀ, ਜਿਹੜੇ ਇਸ ਪੜਾਅ ਦੀ ਸੀਗੀ, ਉਹ ਇਹਨਾਂ ਨੇ ਜਿਹੜੀ ਹੈਗੀ ਸਾਰੀ ਲਈ ਸੀਗੀ, ਤੇ ਇਹ ਗੱਲਾਂ ਬਾਤਾਂ ਸਾਰੀਆਂ। ਤੇ ਵਲੌਗ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਤੇ ਅਸੀਂ ਇੱਦਾਂ ਟਰੈਵਲਿੰਗ ਵਾਲੇ ਹੋਰ ਵਲੌਗ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ। ਤੇ ਚੈਨਲ ਨੂੰ ਜਿਨ੍ਹਾਂ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਸਾਡੇ ਨਾਲ ਜੁੜੇ ਰਹੋ। ਧੰਨਵਾਦ।